जंगल च लोक के बैठो, ये कोई है कोई चोर डकैत तो ना काम उल्टा ही ना साडे नाल हो जावे। चलो हुन आ हुन इतना किराया बार के आए, इतनी दूरों आए हम, हुन चेक करा भी है सही वाए। ये हुन सारी हकीकत दसी, सारी दसांगे परेशान ना हो। हां दिल भी छप जांदा है ते कोई ओना के वा खाने पीने वास्ते शायद बीमार कोई चंगे जी दसे मैंने। वालेकुम सलाम, की हाल ना जी हकीम साहब? हकीम जी की हाल है? ठीक हो? इत्थे बात रहन आराम नाल। पता नहीं कितने हकीमा को अंग्रेजी डॉक्टर को दवाइयां ले बैठे हैं, साडा छोर ने ठीक पे अंदर की गल की है? गल है एक ते रंदी है बड़ी कबज, अच्छा दूजा इदा दिल छुप जांदा है। ਉਪ ਜਾਂਦਾ ਲੁਕਣ ਛੋੜ ਤਾਂ ਨਹੀਂ ਖੇਡਦਾ? ਨਹੀਂ ਨਹੀਂ ਉਹ ਹੀ ਘਬਰਾਹਟ ਬਣਦੀ ਹੈ ਦਿਲ ਨਾਲ। ਅਲਾ ਅਲਾ ਘਬਰਾਹਟ ਬਣਦੀ ਹੈ ਤੇ ਬਾਕੀ ਲੱਤਾਂ ਵਿੱਚ ਜਾਨ ਕੋਈ ਨਾ ਸਰਾਂਦੀ। ਆਹਾਂ ਆ ਹੁਣ ਵੀ ਤੁਸੀਂ ਵੇਖਦੇ ਪਏ ਹੋ ਬਾ ਉੱਤੇ ਮਸਾਂ ਟੁਰ ਕੇ ਆਇਆ। ਆਹ ਵੇਖਿਆ ਤੇ ਮੈਂ ਡਾਂਦਾ ਡਿਗਦਾ ਲਗਾ ਹੁੰਦਾ। ਕੋਈ ਮਿਹਰਬਾਨੀ ਕਰੋ ਕੋਈ ਇਹੀ ਦੀ ਦਵਾਈ ਦਿਓ ਸਾਡਾ ਛੋਰ ਠੀਕ ਹੋ ਜਾਵੇ ਤੇ ਹੁਣ ਹੱਥਾਂ ਵਿੱਚ ਜ਼ਾਇਆ ਪਿਆ ਹੁੰਦਾ ਸਾਡਾ ਜਵਾਨ ਛੋਰ। ਪਾਣੀ ਇਹ ਰੈੱਡ ਬੁੱਲ ਮੰਗਾ ਲਵੋ। ਮੈਂ ਇੱਥੇ ਪਿਛਾ ਨੜਕਾ ਇੱਕ ਲੱਗਾ ਹੋਇਆ ਰੈੱਡ ਬੋਲ ਮੰਗਵਾ ਲਵੋ, ਦੱਸੋ ਚੰਗੀ ਹੁੰਦੀ ਹੈ ਉਹ। ਰੈੱਡ ਬੋਲ ਇਹ ਜਗ੍ਹਾ ਤੇਰਾ ਚੜ ਗਈ ਉਹਦੇ ਨਾਲ ਚੋਣ ਵਾਲ ਗੱਲ ਹੋ ਜਾਂਦੀ ਬੰਦੇ ਉਸ ਤੇ ਤਿੰਨ ਕਿ ਹਰ ਸ਼ਤ ਤੇਰੀ ਬੰਦ ਕੀਤੀ ਹੋਈ ਹੈ। ਮੋਨ ਸਟ੍ਰਿੰਗ ਮੰਗਵਾ ਲੈ ਕੋ ਵੀ ਉਹਨਾਂ ਡਾਕਟਰ ਮੈਂ ਦੱਸਿਆ ਕਿ ਬੰਦੇ ਬਚ ਚੰਗੀ ਹੋ। ਹਲੋ ਇਹ ਕੀ ਹੈ? ਮੋਨ ਤੂੰ ਆਪਨੇ ਆਪਣਾ ਇਲਾਜ ਕਰ ਲੈਂਦਾ। ਛੱਡੋ ਜੀ ਤੁਸੀਂ ਦਵਾਈ ਬਣਾਓ ਤੇ ਆਪਣੇ ਆਪ ਪੜ ਜਰਾਂ ਦਿਓ ਚੈੱਕ ਕਰੋ। ਇਸ ਵੇਲੇ ਖਾਲੀ ਪੇਟ ਰਸਾਂ ਤਾਂ ਨਹੀਂ ਖਾਂਦਾ। ਰਸਾਂ ਵੀ ਖਾਂਦਾ ਤੇ ਕਿਸੇ ਵੇਲੇ ਲੱਛਾ ਵੀ ਲੈ ਲੈਂਦਾ। ਉਹ ਮੈਨੂੰ ਸਵਾਦੀ ਬੜਾ ਲੱਗਦਾ ਨਾ। ਫੇਰੀ ਵਾਲੇ ਨਹੀਂ ਲੱਛੇ ਵੇਚਦੇ? ਆਹਾ ਉਹਨਾਂ ਕੋਲ ਵੀ ਕਦੇ ਕਦੇ ਲੱਛੇ ਵੀ ਖਾ। ਹਾਂ ਜੀ ਇਕੱਠੇ ਕਾਰ ਕੋਰ ਕੇ ਜਾ ਸੁਨੇ ਸੋ ਮੈਂ ਮੂੰਹ ਹੀ ਪੁੰਦਾ। ਚੀਨੀ ਵਾਲੇ? ਉਹ ਚੀਨੀ ਵਾਲੇ ਉਹ ਬੜਾ ਇਹ ਦੇਖੋ ਥੋੜੇ ਸਾਰੇ ਖੁਰਾਕ ਜਿਹੜੀ ਨਾ ਉਹ ਘਟਾਓ ਤੇ ਖੁਰਾਕ ਜਿਹੜੀ ਤੁਸੀਂ ਨਾ ਉਹ ਪੈਣ ਦਿੰਦੇ ਉਹ ਚੰਗੇ ਟਿੱਲੇ ਵਾਲੇ ਫਾ ਦਿੰਦੇ ਹੋ। ਹੈ ਅਜੇ ਸਾਡਾ ਛੋਰ ਕੁਵਾਰਾ ਵਿਚਾਰਾ ਸਾਡਾ ਦਿਲ ਦਾ ਕੋਈ ਸ਼ਾਦੀ ਹੋ ਜਾਂਦੀ ਅੱਧੀ ਕੋਈ ਵੇਖ ਲਵੇ ਗਿਆ ਜਾਂ ਸਾਨੂੰ ਇਹਨੂੰ ਤਾਂ ਬਾਹਵੇਂ ਨਾ ਅੱਖਾਂ ਅੱਖਾਂ ਅੱਛਾ ਇਹ ਜਨਾਬ ਹੁਣ ਤੁਹਾਨੂੰ ਮੈਂ ਦਿੰਦਾ ਹਫ਼ਤੇ ਦੀ ਦਵਾਈ। ਓਏ ਦੇਖੋ ਪੈਸੇ ਵੀ ਪਹੁੰਚ ਲੈ ਕੋ ਕੇਮਰਾ ਦੇ ਕੋਲੋਂ ਤਾਂ ਦਵਾਈ ਤੇ ਦੇ ਲੈਣ ਦੇ ਉਹ ਦੇ ਲਈ ਨਾ ਓਏ ਕੇਮ ਤਾਂ ਚੰਗਾ ਕੋ ਸੰਟੜਾ ਸਹੀ ਹੁੰਦਾ ਹੀ ਅੱਲੇ ਹੀ ਆ ਜੇ ਕੱਟ ਛੜਿਆ ਮੇਰੀ ਚਾਹ ਅੱਲਾ ਹੁਣ ਤੇਰੀ ਮੈਨੂੰ ਲੱਗਦਾ ਉਂਝ ਖੱਟੂ ਬਣੇ ਆ ਹੈ ਆਓ ਆ ਵੀ ਆ ਮਲੇਸ਼ ਹੈ ਜੀ ਉਹ ਜਿਹੜੀ ਫੱਕੀ ਹੈ ਨਾ ਉਹ ਵੀ ਅੱਛਾ ਰਾਜੀ ਦਵਾਈਆਂ ਹਕੀਮ ਸਾਹਿਬ ਦਿੱਤੀ ਹੁੰਦੇ ਉਹ ਤੇ ਲੈਣੀ ਕਾਹੀ ਨਾਲੇ ਹੌਸਲੇ ਨਾਲ ਦੱਸਣਾ ਤੇ ਮੈਂ ਹੈ ਜਿਹੜੀ ਆ ਹੈ ਨਾ ਜੀ ਇਹ ਸਵੇਰੇ ਉੱਠਣ ਤੋਂ ਪਹਿਲਾਂ ਇਸ ਨੂੰ ਦੇਣੀ ਹੈ ਤੂੰ ਅੰਜਨ ਝੂਣ ਦੇਖ ਜੀ ਠੀਕ ਠੀਕ ਹੈ ਤੇ ਆ ਜਿਹੜੀਆਂ ਨਾ ਮਿਰਚਾਂ ਜੀ ਇਹ ਮਿਰਚਾਂ ਤਾਂ ਪਈਆਂ ਹੈ ਅੱਛਾ ਇਹ ਸ਼ਾਮੇ ਸੋਹਣੇ ਤੋਂ ਬਾਅਦ ਦੇਣ ਤੂੰ ਦੇਣਾ ਠੀਕ ਹੈ ਆ ਮਲਾਸ਼ ਦੋ ਟਾਈਮ ਇਹਦੀ ਆਂਜਣਾ ਅੱਜ ਹਰ ਸ਼ੈ ਖੋਲ ਜਾਸੀ ਮੈਂ ਆਉਂਦਾ ਹਰ ਸ਼ਾਇਦ ਖੋਲ ਜਾਸੀ ਉਸ ਤੋਂ ਬਾਅਦ ਜਿਹੜੀ ਇਹਨੂੰ ਗਿਦਾ ਕੇ ਖਵਾਈਂਦੇ ਨਾ ਤੁਸੀਂ ਲੱਛੇ ਵਾਲੀ ਲੈਨ ਤੁੰਨ ਕੇ ਖਵਾਈ ਜਾਵੇ ਬੜੀ ਲੱਗ ਸੀ ਤੇ ਇਹ ਆ ਫਿਰ ਆਓ ਜਾਸੀ ਦਾ ਕੀਮ ਸਾਹਿਬ ਕਿੰਨੇ ਪੈਸੇ ਹੋ ਗਏ ਇਹਦਾ ਬਣ ਗਿਆ ਰੁਪਇਆ ਜਨਾਬ 12,200 ਰੁਪਇਆ ਬਣ ਗਿਆ ਕੋਲ ਕਿੰਨਾ ਨਹੀਂ ਕੋਲ ਤੇ ਕੀਮ ਸਾਹਿਬ ਆ ਕੋ ਕਿਰਾਇਆ ਬੜਾ ਹੀ ਇੰਜ ਬਸ ਕੋ ਰੁਪਇਆ 12-1300 ਹੀ ਹੈ ਦੇਖ ਹਾਂ ਔਰ ਮੈਂ ਦੇਖਾ ਕਿਤਨਾ ਕਿ ਨਹੀਂ ਤੈਨੂੰ ਬਾ ਮੁੰਡ ਮਕਾਈ ਦੇ ਦੇਣਾ ਔਰ ਦੇ ਤੇ ਸਹੀ ਕਿਤਨਾ ਨਹੀਂ ਉਹ ਕਿਰਾਇਆ ਆ ਸਾਡਾ ਇਹ ਜਿਸ ਵੇਲੇ ਤੂੰ ਲੈ ਆਂਦਾ ਜੀ ਹਾਂ ਪਤੀ ਨਾ ਇਹਦਾ ਸਾਹ ਵੀ ਨਾ ਪੈ ਨਿਕਲਦਾ ਨਾ ਹੀ ਨਿਕਲਦਾ ਆਉਂਦਿਆਂ ਨੇ ਖੁਰਾਕ ਦਿੱਤੀ ਹੈ ਇਹ ਪੈਸੇ ਹੋ ਗਏ ਉਹ ਦੇ ਵੇਖ ਲੁਣ ਖੈਰੀ ਮੇਰੀ ਹੈ ਠੀਕ ਹੈ ਲੈ ਬਕਾਇਆ ਜਿਹੜਾ ਨਹੀਂ ਪੈਸੇ ਲਾਇਆ ਵਿਆ ਤੇ ਦਵਾਈ ਮੁੰਡ ਲੈ ਲਵਿਆ
ਲੈ ਜਾ।